ਇੱਕ ਵਿਦਿਆਰਥਣ ਲਈ ਦਰਖਤ ਹੀ ਕਾਲ ਬਣ ਗਿਆ ਤੇ ਲਿਫਟ ਲੈਣੀ ਵੀ ਉਸ ਨੂੰ ਮਹਿੰਗੀ ਪੈ ਗਈ ਅਤੇ ਇਸ ਹਾਦਸੇ ਦੇ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਹੈ। ਦਰਅਸਲ ਫਰੀਦਕੋਟ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਰਿਵਾਰ ਆਪਣੀ ਬੇਟੀ ਦਾ ਪੇਪਰ ਦਿਵਾਉਣ ਦੇ ਲਈ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੀ ਬੇਟੀ ਦੀ ਸਹੇਲੀ ਬੱਸ ਸਟੈਂਡ ਤੇ ਖੜੀ ਸੀ। ਉਸ ਨੂੰ ਵੀ ਉਹਨਾਂ ਨੇ ਆਪਣੇ ਨਾਲ ਕਾਰ ਦੇ ਵਿੱਚ ਹੀ ਬਿਠਾ ਲਿਆ। ਹਾਲੇ ਕਾਰ ਥੋੜੀ ਦੂਰੀ ਗਈ ਸੀ ਕਿ ਅਚਾਨਕ ਉਹਨਾਂ ਦੀ ਗੱਡੀ ਤੇ ਦਰਖਤ ਡਿੱਗ ਪਿਆ ਤੇ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਸਾਰੇ ਕਾਰ ਸਵਾਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਲੜਕੀ ਨੇ ਦਮ ਤੋੜ ਦਿੱਤਾ। 13 ਸਾਲ ਦੀ ਸਹਿਜਪ੍ਰੀਤ ਦੀ ਮੌਤ ਹੋ ਗਈ। ਇਹ ਉਹੀ ਲੜਕੀ ਸੀ ਜਿਸ ਨੇ ਕਾਰ ਦੇ ਵਿੱਚ ਲਿਫਟ ਲਈ ਸੀ। ਦਰਖਤ ਸਹਿਜਪ੍ਰੀਤ ਲਈ ਕਾਲ ਬਣ ਗਿਆ ਅਤੇ ਲਿਫਟ ਲੈਣੀ ਉਸ ਨੂੰ ਬੇਹੱਦ ਮਹਿੰਗੀ ਪੈ ਗਈ। ਫਰੀਦਕੋਟ 'ਚ ਦਿਨ ਚੜ੍ਹਦੇ ਹੀ ਇਹ ਹਾਦਸਾ ਵਾਪਰਿਆ ਹੈ ਜਿੱਥੇ 13 ਸਾਲ ਦੀ ਸਕੂਲੀ ਵਿਦਿਆਰਥਣ ਦੀ ਮੌਤ ਹੋਈ ਹੈ ਅਤੇ 4 ਲੋਕ ਗੰਭੀਰ ਜ਼ਖਮੀ ਹੋਏ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਆਪਣੀ ਬੇਟੀ ਨੂੰ 2000 ਰੁਪਏ ਪ੍ਰਤੀ ਮਹੀਨਾ ਮਿਲਣ ਵਾਲੇ ਵਜ਼ੀਫੇ ਦਾ ਟੈਸਟ ਦਿਵਾਉਣ ਲਈ ਜਾ ਰਿਹਾ ਸੀ ਤੇ ਲੜਕੀ ਸਹਿਜਪ੍ਰੀਤ ਵੀ ਉਹੀ ਟੈਸਟ ਦੇਣ ਲਈ ਜਾ ਰਹੀ ਸੀ। ਰਾਹ ਦੇ ਵਿੱਚ ਇਹਨਾਂ ਨੇ ਸਹਿਜਪ੍ਰੀਤ ਨੂੰ ਵੀ ਦੇਖ ਕੇ ਗੱਡੀ ਰੋਕ ਲਈ, ਉਸ ਨੂੰ ਵੀ ਲਿਫਟ ਦੇ ਦਿੱਤੀ ਕਿ ਇੱਕ ਥਾਂ ਤੇ ਹੀ ਜਾਣਾ ਹੈ, ਪਰ ਰਸਤੇ ਦੇ ਵਿੱਚ ਇਹ ਹਾਦਸਾ ਵਾਪਰ ਗਿਆ। ਹਾਲਾਂਕਿ ਸਹਿਜਪ੍ਰੀਤ ਦੀ ਮੌਤ ਹੋ ਗਈ ਜਦਕਿ ਬਾਕੀ ਕਾਰ ਸਵਾਰ ਜ਼ਖਮੀ ਨੇ। ਸਰ ਜੀ ਪਿੰਡੋਂ ਆ ਰਹੇ ਸੀ, 2 ਗੁੜੀਆਂ ਦਾ ਪੇਪਰ ਸੀਗਾ ਜੀ, ਇੱਥੇ ਪੇਪਰ ਦਿਵਾਉਣ ਆਏ ਸੀਗੇ ਜੀ। ਫਰੀਦਕੋਟ ਸਿੰਘਾਂ ਪਿੰਡ ਹੈ ਜੀ। ਰਸਤੇ 'ਚ ਆਉਂਦੇ ਤੇ ਇੱਕ ਪਿੱਪਲ ਡਿੱਗਿਆ ਜੀ, ਉਹਦੇ ਡਿੱਗਣ ਕਾਰਨ ਕਰਕੇ ਜੀ ਸੱਟਾਂ ਲੱਗੀਆਂ ਜੀ। ਕਿੰਨੇ ਬੰਦੇ? 5 ਜਣੇ ਸੀਗੇ ਜੀ। ਜੀ ਹਾਲਾਤ ਕਿਹਨਾਂ ਦੇ? ਠੀਕ ਹੈ ਜੀ, ਠੀਕ ਹੈ ਜੀ। ਇੱਕ ਗੁੜੀਆ ਦੀ ਡੈਥ ਹੋਈ ਹੈ ਨਾਲ ਦੀ। ਬਲਜੀਤ ਸਿੰਘ ਸਾਨੂੰ, ਬਚਿੰਤ ਸਿੰਘ ਉਹਦੀ ਨਾਲ ਇੱਕ ਭਰਜਾਈ ਸੀ, ਇੱਕ ਬ੍ਰਦਰ ਦੀ ਨੂੰਹ ਸੀ, ਇੱਕ ਇਹਨਾਂ ਦੀ ਪੋਤਰੀ ਸੀਗੀ, ਇੱਕ ਪਿੰਡ ਚੋਂ ਲੜਕੀ ਸੀ ਨਾਲ। ਗੁਰਦੁਆਰਾ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ, ਉੱਥੇ ਪੇਪਰ ਦੇਣ ਆਉਂਦੇ ਸੀ ਬੱਚੇ ਜੀ, ਨੈਤਿਕ ਦਾ। ਉਹ ਪੇਪਰ ਦੇਣ ਆ ਰਹੇ ਸੀ ਅਤੇ ਦਰਖਤ ਇੱਕਦਮ ਪਾਪੂਲਰ ਦਾ ਸੀਗਾ ਦੂਜੀ ਸਾਈਡ 'ਤੇ, ਉਹ ਡਿੱਗਿਆ ਗੱਡੀ ਦੇ ਉੱਪਰ ਜੀ। ਗੱਡੀ ਦੇ ਉੱਪਰ ਡਿੱਗਣ ਨਾਲ ਅਤੇ ਇਹ ਸਾਰਿਆਂ 5 ਜਣਿਆਂ ਦੇ ਸੱਟਾਂ ਲੱਗੀਆਂ, ਔਰ ਜਿਹਦੇ ਵਿੱਚੋਂ ਇੱਕ ਲੜਕੀ ਸਹਿਜਪ੍ਰੀਤ ਕੌਰ ਆ ਪਿੰਡ ਤੋਂ ਸੀ ਲੜਕੀ ਜਿਹੜੀ ਨਾਲ ਬੈਠੀ ਸੀ ਬੱਸ ਸਟੈਂਡ ਤੋਂ, ਉਹਦੀ ਦੌਰਾਨੇ ਇਲਾਜ ਮੌਤ ਹੋ ਗਈ ਹੈ। ਉਹ ਮੋਰਚਰੀ 'ਚ ਹੁਣ ਲੈ ਕੇ ਗਏ ਆ। ਬੱਚੀਆਂ ਦੋਨਾਂ ਦੀ ਉਮਰ 13-13 ਸਾਲ ਹੈ। ਉਹ ਕਲਾਸ ਫੈਲੋ ਸੀ, ਦੂਸਰੀ ਬੇਟੀ ਇਹਨਾਂ ਦੀ ਜਿਹੜੀ ਪੋਤਰੀ ਸੀ ਉਹਦੀ ਕਲਾਸ ਫੈਲੋ ਸੀ। ਅਤੇ ਦੂਜੇ ਬਾਕੀ ਜਿਹੜੇ ਪੇਸ਼ੈਂਟ ਹੈਗੇ ਜੀ ਉਹਨਾਂ ਦੀ ਠੀਕ ਹੈ। ਇੱਕ ਜਿਹੜੀ ਉਹਨਾਂ ਦੇ ਭਰਜਾਈ ਸੀ ਉਹਦੇ ਸੱਟ ਥੋੜ੍ਹੀ ਜਿਹੀ ਜ਼ਿਆਦਾ, ਇੱਕ ਉਹਦੇ ਸਿਰ 'ਚ ਵੀ ਹੈ, ਇੱਕ ਗੁੱਟ ਲੱਗਦਾ ਵੀ ਜਿਵੇਂ ਫ੍ਰੈਕਚਰ ਆ। ਹਾਂਜੀ, ਪੁਲਿਸ ਵੱਲੋਂ ਜੀ ASC ਇਕਬਾਲ ਸਿੰਘ ਅਗਵਾਲ ਚੰਦ ਕਾਰਵਾਈ ਕਰ ਰਹੇ, ਉਹਨਾਂ ਨੂੰ ਮੈਂ ਇਨਫੋਰਮ ਕਰਤਾ। ਉਹ ਆ ਰਹੇ, ਉਹ ਮੌਕੇ 'ਤੇ ਸੀਗੇ ਅਤੇ ਉਹਨੂੰ ਕਿਹਾ ਵੀ ਆ ਕੇ ਤੁਸੀਂ ਇੱਥੋਂ ਉਹਨਾਂ ਦੇ ਬਿਆਨ ਲਿਖ ਕੇ ਜਿਹੜੀ ਬੰਦੀ ਕਾਰਵਾਈ